ਮੀਡੀਆ ਤੇ ਚੈਨਲ ਵੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੱਲਾ ਵਿੱਚ। ਸਾਡੇ ਨਾਲ ਬੈਠੇ ਨੇ ਪ੍ਰੀਤ ਗੁਰਦਾਸਪੁਰੀਆ ਜੋ ਕਿ ਰਾਈਫਲ ਦੇ ਓਨਰ ਨੇ। ਪ੍ਰੀਤ ਗੁਰਦਾਸਪੁਰੀਆ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਰਾਈਫਲ ਦੇ ਬਾਰੇ ਇੰਟਰਵਿਊ ਲੈਣਾ ਹੈ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਚੈਨਲ ਦਾ ਪਹਿਲਾ ਸਵਾਲ ਇਹ ਕਿ ਤੁਹਾਨੂੰ ਪਿਟਬੁਲ ਡੋਗਸ ਦਾ ਸ਼ੌਂਕ ਕਦੋਂ ਤੋਂ ਪਿਆ? ਜਿੱਦਾਂ ਜੋ ਟਰੈਂਡ ਚੱਲਣ ਡਿਆ ਸੀ, ਜਿੱਦਾਂ ਪਿਟਬੁਲ ਬਾਰੇ ਜਿੱਦਾਂ ਇੰਸਟਾਗ੍ਰਾਮ ਤੇ ਅਸੀਂ ਵੇਖੀ ਦੇ ਆਈਡੀਆਂ ਜੋ ਬਣੀਆਂ, ਜਿੱਦਾਂ ਸ਼ਿਕਾਰੀ ਪਿਟਬੁਲ, ਡੋਗ ਲਵਰ ਪੰਜਾਬ, ਇੱਦਾਂ ਤੇ ਉਦੋਂ ਵੇਖਦੇ ਰਹੀਦਾ ਸੀ ਅਸੀਂ ਜੋ ਵੀ ਆ, ਜਿੱਦਾਂ ਡੋਗਸ ਦੀਆਂ ਫੋਟੋਆਂ ਹੁੰਦੀਆਂ ਸੀ ਤੇ ਅਸੀਂ ਵੇਖ ਕੇ ਚਲੋ ਸਾਡੇ ਵੀ ਮਨ 'ਚ ਥੋੜ੍ਹਾ ਮਤਲਬ ਕਿ ਉੱਥੇ ਗੱਲ ਜੀ ਕਿ ਲਈਏ। ਤੇ ਪਹਿਲਾਂ ਲਾਗੋ ਸਾਗੋ ਪਤਾ ਕੀਤਾ ਕਿਤੇ ਅਵੇਲੇਬਲ ਨਹੀਂ ਹੈਗਾ ਪਿਟਬੁਲ ਕਿਤੇ ਵੀ। ਫਿਰ ਆਪਣਾ ਫਰੈਂਡ ਸਾਹ ਤੇ ਉਹਦਾ ਆਪੇ ਫੋਨ ਆ ਗਿਆ ਸੀ ਇੱਦਾਂ ਕਿ ਇੱਕ ਫੀਮੇਲ ਡੋਗ ਆ ਪਿਟਬੁਲ ਤੇ ਉਹ ਜੇ ਲੈਣੀ ਤੇ ਕਿਸੇ ਨੇ ਲੈ ਸਕਦੇ, ਤੇ ਚਲੋ ਅਸੀਂ ਲੈਣ ਗਏ। ਉਹ ਥੋੜ੍ਹੀ ਵੱਡੀ ਸੀ, ਥੋੜ੍ਹੀ ਅਡਲਟ ਸੀ, ਤੇ ਬਾਕੀ ਫਿਰ ਜਦੋਂ ਲੈ ਕੇ ਆਉਂਦੀ ਚਲੋ ਉਹਨੂੰ ਸੰਭਾਲਿਆ ਸੰਭੂਲਿਆ ਤੇ ਥੋੜ੍ਹਾ ਜਿਹਾ ਇੱਦਾਂ ਉਹਨੂੰ। ਉਹ ਤੋਂ ਬਾਅਦ ਇੱਕ ਵੀਰ ਆਪਣਾ ਭਰਾ ਵਾ ਅਕਾਸ਼ ਸੋਈ, ਤੇ ਉਹਨੇ ਫੋਨ ਕੀਤਾ ਮੈਨੂੰ ਕਿ ਇੱਦਾਂ ਫੀਮੇਲ ਆ ਤੇਜੀ ਨਾਂ ਦੀ ਤੇ ਉਹ ਸੂਈ ਆ ਤੇ ਉਹਨੇ ਇੱਕ ਬੱਚੀ ਦਿੱਤੀ ਆ ਫੀਮੇਲ ਤੇ ਉਹ ਮਿਲਦੀ ਆ ਤੇ ਲੈਣੀ ਆ। ਤੇ ਚਲੋ ਉਦੋਂ ਚਲੋ ਸੋਚਿਆ ਕਿ ਚਲੋ ਲੈ ਲੈਂਦੇ ਹਾਂ ਤੇ ਪਰਚੇਜ਼ ਕੀਤੀ, 2000 ਰੁਪਈਏ ਦੀ ਪਰਚੇਜ਼ ਕੀਤੀ। ਹੁਣ ਮੈਨੂੰ ਵੀ ਕਈ ਵਾਰ ਇੰਸਟਾਗ੍ਰਾਮ ਦੀ ਰਾਈਫਲ ਵਾਲੀ ਆਈਡੀ ਤੋਂ ਮੈਸੇਜ ਆਉਂਦੇ ਰਹਿੰਦੇ ਆ ਕਿ ਤੁਸੀਂ ਕਿੰਨੇ ਦੀ ਬਾਏ ਕੀਤੀ ਸੀ, ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ 2000 ਰੁਪਈਏ ਦੀ ਬਾਏ ਕੀਤੀ ਸੀ। ਪਰ ਕਈ ਜਿੱਦਾਂ ਜਿਹੜੇ ਲੋਕ ਆ ਉਹ ਮੰਨਦੇ ਨਹੀਂ ਆ ਕਿ ਨਹੀਂ 2000 ਦੀ ਨਹੀਂ, ਤੁਸੀਂ ਮਹਿੰਗੀ ਪਰਚੇਜ਼ ਕੀਤੀ ਸੀ। ਤੇ ਕਈ ਚਲੋ ਇਹ ਵੀ ਕਹਿੰਦੇ ਆ ਕਿ ਚਲੋ ਵਧੀਆ ਵਾ ਤੁਹਾਨੂੰ ਇੰਨੀ ਸਸਤੀ ਮਿਲ ਗਈ, ਇੰਨੀ ਵਧੀਆ ਚੀਜ਼। ਤੇ ਬਾਕੀ ਵੀਰ ਇੱਦਾਂ ਚਲੋ ਲੱਲੀ ਸੀ ਬਾਅਦ ਚੋਂ, ਤੇ ਵੀਰ ਹੀ ਆਪਣਾ ਜਿਹੜਾ ਕਾਸ਼ ਹੋਈ ਉਹਦਾ ਬਹੁਤ ਧੰਨਵਾਦ ਜਿਹਨੇ ਰਾਈਫਲ ਦਵਾਈ ਆ, ਉਹਦੇ ਕਰਕੇ ਹੀ ਅੱਜ ਇੱਥੇ ਚਲੋ ਇੰਟਰਵਿਊ ਹੋਣ ਡਈ ਰਾਈਫਲ ਕਰਕੇ। ਤੇ ਇਹਦਾ ਜੋ ਵੀ ਸਾਰਾ ਜਾਂਦਾ ਕਾਸ਼ ਹੋਈ ਨੂੰ ਜਾਂਦਾ ਵਾ ਜੋ ਵੀ ਇਹਦਾ। ਫਰੀਦ ਜੀ, ਤੁਸੀਂ ਸਾਨੂੰ ਦੱਸੋ ਵੀ ਤੁਸੀਂ ਮਤਲਬ ਆਪਣੇ ਘਰ ਦੇ ਵਿੱਚੋਂ ਜਾਂ ਆਪਣੀ ਲਾਈਫ ਦੇ ਵਿੱਚੋਂ ਪਹਿਲਾਂ ਜਨਮ ਤੁਸੀਂ ਇਹ ਰੱਖਿਆ ਕਿ ਜਾਂ ਤੁਹਾਡੇ ਪਹਿਲਾਂ ਵੀ ਪੇਰੈਂਟਸ ਰੱਖਦੇ ਆਏ? ਨਹੀਂ ਨਹੀਂ, ਤੁਹਾਨੂੰ ਪੇਰੈਂਟਸ ਨੇ ਚਲੋ ਨਹੀਂ ਦੱਸ ਮਤਲਬ ਕਦੀ ਵੀ ਰੱਖਿਆ, ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਡਲਟ ਫੀਮੇਲ ਲੈ ਕੇ ਆਉਂਦੀ ਸੀ ਤੇ ਉਹ ਫਰੀ ਲੈ ਕੇ ਆਉਂਦੀ ਸੀ, ਤੇ ਉਹ ਤੋਂ ਬਾਅਦ ਇਹ ਰਾਈਫਲ ਜੋ ਹੈ ਬਾਏ ਕੀਤੀ ਸੀ ਉਸ ਤੋਂ ਬਾਅਦ। ਤੇ ਤੁਸੀਂ ਹੁਣ ਆਪਣੀ ਰਾਈਫਲ ਦੀ ਸਾਨੂੰ ਹਾਈਟ ਤੇ ਵੇਟ ਤੇ ਲੈਂਥ ਬਾਰੇ ਦੱਸੋ ਵੀ ਕੀ ਇਹਦਾ ਹਾਈਟ ਵੇਟ ਕੀ ਹੈ? ਇਹਦੀ ਜੋ ਰਾਈਫਲ ਦੀ ਹਾਈਟ ਆ ਉਹ 19 ਇੰਚ ਹੈਗੀ ਆ, 19 ਇੰਚ, ਔਰ ਜੋ ਵੇਟ ਆ ਉਹਦੇ ਹਜੇ ਮੇਜਰ ਨਹੀਂ ਕੀਤਾ ਕਿਉਂਕਿ ਉਹ ਤੇ ਉਦੋਂ ਹੀ ਕਰੀਦਾ ਜਾਂ ਗੇਮ ਕਰਾਉਣੀ ਹੁੰਦੀ ਜਾਂ ਫਾਈਟ ਕਰਾਉਣੀ ਹੁੰਦੀ ਆ ਤੇ ਉਹਦਾ ਕੋਈ ਸ਼ੌਂਕ ਨਹੀਂ ਆਉਂਦੀ। ਹਾਂਜੀ, ਤੇ ਤੁਸੀਂ ਸਾਨੂੰ ਰਾਈਫਲ ਦੀ ਬਲੱਡ ਲਾਈਨ ਬਾਰੇ ਦੱਸੋ ਵੀ ਇਹਦਾ ਕੀ ਖਾਨਦਾਨ ਕੀ ਆ? ਇਹ ਰਾਈਫਲ ਦੀ ਜੋ ਬਲੱਡ ਲਾਈਨ ਆ ਫਾਦਰ ਵੱਲੋਂ ਜੋ ਹਸ਼ਮੀ ਟਾਈਗਰ ਲਾਈਨ ਆ, ਤੇ ਜੋ ਮਦਰ ਸਾਈਡ ਆ ਉਹ ਅੰਨਾ ਬੋਹਰ ਕਰਕੇ ਲਾਈਨ ਚੱਲਦੀ ਆ ਪੰਜਾਬ ਚ। ਬੋਹਰ ਵਾਲੀ ਲਾਈਨ ਦੇ ਵਿੱਚੋਂ ਇਹਦੀ ਮਦਰ ਲਾਈਨ ਆ ਤੇ ਜੋ ਇਹਦੀ ਫਾਦਰ ਲਾਈਨ ਆ ਉਹ ਹਸ਼ਮੀ ਟਾਈਗਰ ਵਾਲੀ ਲਾਈਨ ਚੋਂ। ਤੇ ਤੁਸੀਂ ਸਾਨੂੰ ਦੱਸੋ ਵੀ ਇਹਦੀ ਅੱਗੇ ਕੋਈ ਫਾਈਟ ਕਰਾਈ ਆ ਜਾਂ ਕਿਸੇ ਤੱਕ ਨਹੀਂ ਕਰਾਈ? ਨਹੀਂ ਨਹੀਂ, ਇਹਦੀ ਨਾ ਹੀ ਮਤਲਬ ਕਰਾਈ ਆ ਤੇ ਨਾ ਹੀ ਕਰਾਉਣੀ ਆ, ਜੋ ਇਹਦੀ ਮਦਰ ਆ ਉਹ ਕਰਦੀ ਰਹੀ ਆ। ਠੀਕ ਆ, ਤੇ ਇਸ ਦੇ ਜਿਹੜਾ ਮਤਲਬ ਫਾਦਰ ਆ ਡਾਇਰੈਕਟ ਕਿਸ ਦੀ ਇਹ ਮਤਲਬ ਇਹ ਡੋਟਰ ਆ? ਇਹ ਪਹਿਲਾਂ ਤੇ ਜਦੋਂ ਲੈ ਕੇ ਆਉਂਦੀ ਸੀ ਉਦੋਂ ਮੈਨੂੰ ਕੋਈ ਇੰਨੀ ਨੌਲੇਜ ਨਹੀਂ ਸੀ ਕਿ ਮਦਰ ਫਾਦਰ ਦੀ ਵੀ ਫੋਟੋ ਚਾਹੀਦੀ ਹੈ ਜਾਂ ਮਦਰ ਫਾਦਰ ਬਾਰੇ ਵੀ ਪਤਾ ਹੋਣਾ ਚਾਹੀਦਾ। ਉਦੋਂ ਤਾਂ ਬਸ ਲੈ ਆਉਂਦੀ, ਉਦੋਂ ਥੋੜ੍ਹਾ ਨਿਆਣੇ ਸੀ, ਸਾਲ ਪਹਿਲਾਂ ਦੀ ਗੱਲ ਆ। ਤੇ ਹੁਣ ਬਾਅਦ 'ਚ ਥੋੜ੍ਹਾ ਪਤਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹਦਾ ਫਾਦਰ ਜੋ ਹੈ ਰਾਵਣ ਆ, ਉਹ ਰਿਪ ਡਾਕੂ ਜੋ ਆ ਉਹਦਾ ਸੰਨ ਵਾ ਰਾਵਣ। ਠੀਕ ਹੈ ਜੀ, ਤੇ ਹੁਣ ਤੁਸੀਂ ਸਾਨੂੰ ਇਸ ਦੇ ਬਾਰੇ ਦੱਸੋ ਵੀ ਇਹਦਾ ਡਾਇਟ ਪਲਾਨ ਕੀ ਹੈ, ਵੀ ਜਿੱਦਾਂ ਗਰਮੀ ਦੇ ਮੌਸਮ ਵਿੱਚ ਤੁਸੀਂ ਇਹਦਾ ਕੀ ਡਾਇਟ ਪਲਾਨ ਰੱਖਦੇ ਆ, ਤੇ ਜਿੱਦਾਂ ਸਰਦੀ ਆ ਅੱਜ ਕੱਲ੍ਹ ਤੇ ਇਸਦੇ ਵਿੱਚ ਕੀ ਤੁਹਾਡਾ ਡਾਇਟ ਕੀ ਚੱਲਦੀ ਪਈ ਹੈ? ਇਹਦੀ ਜਦੋਂ ਗਰਮੀਆਂ ਸੀ ਉਦੋਂ ਇਹਦੀ ਸਿੰਪਲ 4 ਰੋਟੀਆਂ ਸਵੇਰੇ, ਵਿੱਚ ਕੈਲਸ਼ੀਅਮ ਐਡ ਕਰ ਦੇਣਾ ਤੇ ਦਹੀਂ ਐਡ ਕਰ ਦੇਣਾ, ਫਿਰ ਦੁਪਹਿਰਾਂ ਦੀਆਂ ਨੂੰ ਇਹਨੂੰ ਕੱਚੀ ਲੱਸੀ ਪਿਉਣੀ ਕਿਉਂਕਿ ਗਰਮੀ ਬਹੁਤ ਹੁੰਦੀ ਹੈ, ਇਹਦੇ ਮਤਲਬ ਪੇਟ 'ਚ ਗਰਮੀ ਨਾ ਪੈ ਜੇ। ਫਿਰ ਅੱਧੇ 2 ਘੰਟੇ ਬਾਅਦ ਮਤਲਬ ਲੀ 52 ਦੇਣੀ, ਇਹਦੇ ਜੋ ਲੀਵਰ ਵਾ ਠੀਕ ਰਹੇ। ਉਹ ਤੋਂ ਬਾਅਦ ਜਿੱਦਾਂ ਰਾਤ ਨੂੰ ਜਿਹੜੀ ਦੇਣੀ ਆ, ਅਤੇ ਕਈ ਵਾਰ ਜਿੱਦਾਂ ਥੋੜ੍ਹੀ ਜਿਹੀ ਜਿਹੜੀ ਫੀਡ ਆ ਜੋ ਜਿਹ 'ਚ ਫੈਟ ਘੱਟ ਵਾ ਜਾਂ ਜੋ ਗਰਮ ਨਹੀਂ ਹੈ ਜੋ ਫੀਡ ਇੰਨੀ, ਉਹ ਐਡ ਕਰਨੀ ਆ, ਅਤੇ ਫਿਰ 4 ਰੋਟੀਆਂ ਅਤੇ ਦਹੀਂ ਨਾਲ। ਅਤੇ ਜਿੱਦਾਂ ਸਰਦੀਆਂ ਵਿੱਚ ਕੀ ਇਸ ਦੀ ਮਤਲਬ ਡਾਇਟ ਚੱਲਦੀ? ਸਰਦੀਆਂ 'ਚ ਇਹਦੀ ਹੁਣ ਜੋ ਚੱਲਣ ਡੀ ਆ ਕੈਲਸ਼ੀਅਮ ਤਾਂ ਐਡ ਹੈਗਾ ਹੀ ਆ, ਅਤੇ ਹੁਣ ਇਸ ਟਾਈਮ 5 ਰੋਟੀਆਂ ਕਰਦੀਆਂ ਸਵੇਰ ਦੀਆਂ, ਅਤੇ ਨਾਲ ਮਲਟੀ ਵਿਟਾਮਿਨ ਕਰ ਦੇਈਦਾ ਐਡ, ਹੋਰ ਫੀਡ ਪਾ ਦੇਈਦੀ ਆ, ਬਾਕੀ ਜੋ ਕੈਲਸ਼ੀਅਮ ਬੋਨਸ ਆ ਉਹ ਦੇ ਦੇਈਦੀ ਆ, ਅੱਧੇ 1 ਘੰਟੇ ਲਈ ਖੇਡਣ ਲਈ ਉਹਨੂੰ ਚਬਾਉਣ ਲਈ, ਉਹ ਚਵਿੰਗ ਕਰਦੀ ਰਹਿੰਦੀ ਆ।
बहुत माड़िया धारना दुनिया चलदिया पिया जो बहुत अग्रेसिव होंगे बहुत खतरनाक मतलब घर नहीं रख सकते डंगर जिदा ओदा प्यार सवक्ते उठ के इन्हे पहला मज वहा पहला इदा प्यार करना जीबा मारनिया ओदे नाल खेडना जिदा तुम लिख दोगे ना इन्हें ओही बन जाना वा जेनू फ्रेंडली बना फ्रेंडली बना लो जे अग्रेसिव करना अग्रेसिव कर लो फाइट ते लाना फाइट ते ला लो शिकार ते लाना शिकार ते ला लो ठीक है प्रीत जी हुण तुसी सानू दसो भी राइफल दा रख रखाव भी खुद करदे आ संभाल दे मेरे तो वे पापा ही संभाल दे राइफल रख के तू मतलब अपने रिलेटिव अपने फ्रेंड्स की रिस्पोंस मिलता वा की फीडबैक दिंदे देखो फीडबैक ते एदा वा की जिदा चलो जो भी इंस्टाग्राम ते जिदा चलदी आ ते मतलब की रिलेटिव नू ते इन्नी चलो नॉलेज नहीं हैगी इन्हां बारे है ना तो ओ ते यही उन्हां दे मन च ते यही डर वा कि जिदा पेटबॉल खतरनाक आ जां ओ आ जे है ना बट अहीं समझा नहीं सकदे उन्हां नू बड़ी यार कोशिश कीती है कि नहीं इदां जिदा वा है ना बट हुण जिदा दी सोचनी अगले दी ओ ते सोचनी आ बाकी जो तुसीं गल करदे फ्रेंड सर्कल दी है ना उच ते चलो वधिया वा सारे वीर भरा जिन्ने भी अपने आ चलो वधिया साथ दिंदे आ राइफल बारे कोई गल बोए तो कोई इदा दी नेगेटिविटी नहीं है कि राइफल तो जिदा जा मतलब कि नहीं चंगी लगती उन्होंने जा जो कुछ भी आ असि जिदा आप पहले भी गल करते पे भी ताडा इंस्टाग्राम ते राइफल जिहड़ी है मतलब बहुत वायरल आ ट्रेंड दे विच चलदी पई आ ते इंस्टाग्राम तो तुहानू फोन कॉल वगैरह आउंदियां हां बहुत वीर ते ठीक आ तो मतलब तुहानू इंस्टाग्राम तो भी बहुत मतलब वधिया रिस्पोंस मिलदा पिया है जिदा इंस्टाग्राम ते मैं करी वेना रहना वा भी तुहाडे जिदा क्वेश्चन करदे आ तुहानू भी राइफल नू किवें तुसीं इन्ना वधिया तैयार कीता वा की डाइट प्लान की रहा इसदा ते तुसीं उसदे बारे सानू दसो भी साडे बहुत सारे जिदा वेखण वाले चाहुण वालिआं दा मन दा सवाल होवेगा भी इवें दा जिदा असीं जनम तैयार करना किवें करिए वीर इहदा मैं तुहानू शुरू तों दस दिंदा कि जदों लै के आंदी सी ना तिन्ना कु महीनिआं दी होई सी ते इहदी डीवर्मिंग करनी सी डीवर्मिंग करनी सी ते उदो इन्नी नॉलेज नहीं हैगी उदो जिथे इनू एक एम एल पाउणा है मैं इनू 10 ml पा बैठा है चलो बो बीमार हो गई ग्रोथ इहदी जीरो हो गई जो पाया पूया सब निकल गया ऐ एकदम लीन हो गई पतली हो गई ठीक है बड़ी इलाज कराया चलो 10-15 दिनों तक चलो ठीक हुई ते इहदी जिन्नी ग्रोथ ही रुक गई उस तो बाद चलो फिर इहदा मतलब कि फीड पाई ग्रोथ शुरू कीती चलो मतलब कि इन्नी इहदी ग्रोथ नहीं क्योंकि उस तो थोड़े टाइम बाद ना इहदे हड्डी ते पत्थर वज गया है उतो इट डेके वज गई ते ओ मतलब कि जिहड़ी हड्डी आ फ्रैक्चर हो गई उतो उस च भी बड़ी मतलब कि इलाज करवाउण तो बाद टीके इंजैक्शन लगते रहे इंजैक्शन आना थोड़ा जिहा मतलब कि इन्नी ग्रोथ इहदी नहीं हुई तो बाद चो जो इहदे ईयर क्रोपिंग कराए उदों भी जदों टैंके ला के चल गया है डॉक्टर उदों भी मेरी गलती आ मैं टैंके जिहड़े सी टाइम सिर नहीं कढ़ाए पिछे रहन ते उन्दर विच मतलब कि गाला पै गया कन्ना च सोज पै गई फिर रेशा पै गया तो वह चीज़ तो बड़ा परेशान ही मैं मतलब कि यह सोचदा कि खरे उदा ही पै गया बट यही नहीं पता कि विच टांके आ इस करके पे आ फिर मतलब कि इलाज पूरा कराया पर नहीं गल नहीं बन दी फिर किसी चंगे डॉक्टर ने दस्या कि ये कन्ना च टांके आ ते वह जदों कढ़ाए ते उदों ही मतलब कि इदा ही रही बेचारी मतलब कि ग्रोथ इन्नी नहीं हुई उहदी फिर उस तो बाद मैनू थोड़ा जिहा मतलब कि लगा कि इहदा मतलब कि ग्रोथ जिहड़ी रोक गई आ ते उस तो बाद वीर मतलब कि थोड़ा फिर ग्रोथ इहदी चुकी ते उदों इह भजदे भजदे इहदे पैर च तार वज गई इहदा नोह टुट गया
ਨੋ ਟੁੱਟ ਗਿਆ ਤੇ ਨੋ ਬੜਾ ਸੁੱਜਾ ਸੀ ਤੇ ਉਹਨੂੰ ਵੀ ਠੀਕ ਠਾਕ ਕਰਦਿਆਂ ਬਹੁਤ ਟਾਈਮ ਲੱਗ ਗਿਆ। ਉਹ ਤੋਂ ਬਾਅਦ ਕਿਸੇ ਡਾਕਟਰ ਨੇ ਇੱਦਾਂ ਦੱਸਿਆ ਕਿ ਹੋਮਿਓਪੈਥਿਕ ਦਵਾਈ ਹੁੰਦੀ ਆ, ਇੱਕ ਹੈਗਾ ਵਾ ਸਿਲੀਸੀਆ 30, ਇੱਕ ਸਲਫਰ 30, ਉਹ ਪਾ ਕੇ ਮੈਂ ਡਰੋਪ ਰੋਜ਼ ਦਿੰਦਾ ਨਹੀਂ ਤੇ ਚਲੋ ਉਹਨਾਂ ਇਹਦਾ ਨੋ ਜਿਹੜਾ ਠੀਕ ਹੋ ਗਿਆ ਸੀ। ਬਾਕੀ ਉਸ ਤੋਂ ਬਾਅਦ ਇਹਦਾ ਮਤਲਬ ਕਿ ਮੈਂ ਫੀਡ ਪਾ ਕੇ ਜਾਂ ਇੱਕ ਬੁੱਲੀ ਫਿਊਲ ਕਰਕੇ ਆਉਂਦਾ, ਕੈਨੀ ਬੂਸਟ ਆਉਂਦਾ ਵਾ ਜਾਂ ਬੁੱਲੀ ਮੈਕਸ ਹੁੰਦਾ ਵਾ, ਇਹ ਚੀਜ਼ਾਂ ਪਾ ਕੇ ਇਹਨੂੰ ਮੈਂ ਰੈਡੀ ਕੀਤਾ। ਮਤਲਬ ਕਿ ਜੋ ਚੀਜ਼ ਇਹਨੂੰ ਸ਼ੁਰੂ ਤੋਂ ਚਾਹੀਦੀ ਸੀ, ਜੇ ਅੱਜ ਮਤਲਬ ਕਿ ਇੰਨੇ ਇੰਸੀਡੈਂਟਸ ਨਾ ਹੋਏ ਹੁੰਦੇ ਰਾਈਫਲ ਨਾਲ ਤੇ ਅੱਜ ਨੂੰ ਇੰਨੇ ਹੁਣ ਤੋਂ ਵੀ ਜ਼ਿਆਦਾ ਗਰੋਥ ਹੋਈ ਹੋਣੀ ਇਹਦਾ। ਅਤੇ ਬਾਕੀ ਇਸੇ ਕਰਕੇ ਇਹਦੀ ਜ਼ਿਆਦਾ ਮਤਲਬ ਕਿ ਗਰੋਥ ਰੁਕੀ ਆ। ਬਾਕੀ ਜੋ ਮੈਂ ਬੁੱਲੀ ਫਿਊਲ ਜਾਂ ਬੁੱਲੀ ਮੈਕਸ ਪਾਇਆ ਵਾ, ਪ੍ਰੀਤ ਜੀ ਦਾ ਨੰਬਰ ਸਕਰੀਨ ਉੱਪਰ ਚੱਲਦਾ ਪਿਆ ਹੈ, ਅਤੇ ਦੂਸਰਾ ਜਿਹੜਾ ਤੁਹਾਨੂੰ ਹੋਰ ਕਿਤੇ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਕਿਸ ਤਰੀਕੇ ਨਾਲ ਕਰ ਸਕਦੇ? ਇਹ ਵੇਖੋ, ਇੱਕ ਤੇ ਰਾਈਫਲ ਦੀ ਜਿਹੜੀ ਮੇਨ ਆਈਡੀ ਉਹ ਸਾਰੇ ਵਿਊਅਰ ਨੂੰ ਜਿੱਥੇ ਤੱਕ ਮੈਨੂੰ ਲੱਗਦਾ ਪਤਾ ਹੀ ਆ, ਰਾਈਫਲ 302 ਕਰਕੇ ਆਈਡੀ ਹੈਗੀ ਆ। ਅਤੇ ਉਹ ਪਹਿਲਾਂ ਕੁਝ ਟਾਈਮ ਤੋਂ ਮਤਲਬ ਕਿ ਕਿਸੇ ਨੇ ਸ਼ੈਤਾਨੀ ਨਾਲ ਕੋਈ ਆਪਣੇ ਬੰਦੇ ਨੇ ਮਤਲਬ ਕਿ ਖਾਰ ਖਾਨ ਦੇ ਚੱਕਰ 'ਚ ਹੈਕ ਕਰ ਲਈ, ਅਤੇ ਮਤਲਬ ਕਿ ਉਹਦੇ 800 ਕੁਝ ਫੋਲੋਵਰਸ ਹੈਗੇ ਸੀ, ਉਹ ਸਾਰੇ ਉਹਨੇ ਰਿਮੂਵ ਕਰ ਕਰਕੇ 400 ਕੁ ਫੋਲੋਵਰ ਰਹਿੰਦੇ ਸੀ ਉਹਨੇ, ਜੋ ਫੋਟੋਆਂ ਪੋਸਟਾਂ ਪਾਈਆਂ ਸੀ ਵਿੱਚੋਂ ਕੱਟ ਦਿੱਤਾ ਸੀ, ਜਾਂ ਫਿਰ ਜੋ ਕੋਈ ਵੀ ਮੈਸੇਜ ਆਉਂਦਾ ਸੀ ਉਹ ਵਹਿੰਦਾ ਨਹੀਂ ਸੀ, ਡਿਲੀਟ ਕਰ ਦਿੰਦਾ ਸੀ, ਗਲਤ ਮੈਸੇਜ ਭੇਜੀ ਜਾਂਦਾ ਸੀ ਸਾਰਿਆਂ ਨੂੰ। ਚਲੋ ਉਹ ਵੀ ਸਾਨੂੰ ਪਤਾ ਲੱਗ ਗਿਆ ਕਿੰਨੇ ਕੀਤੀ, ਚਲੋ ਉਹਨਾਂ ਜੋ ਅਸੀਂ ਕਰਨਾ ਸੀ ਕੀਤਾ। ਬਾਕੀ ਹੁਣ ਉਹਦੀ ਆਈਡੀ ਮਤਲਬ ਕਿ ਮੇਰੇ ਕੋਲ ਹੀ ਇਸ ਟਾਈਮ ਮੇਰੇ ਕੋਲ ਹੀ ਚੱਲਣ ਡੀ ਆ, ਅਤੇ ਕੋਈ ਮਤਲਬ ਕਿ ਇੱਦਾਂ ਕੋਈ ਚੱਕਰ ਨਹੀਂ ਹੈ ਕਿ ਜਾਂ ਹੋਰ ਕਿ ਕੋ ਮੈਸੇਜ ਚੱਲ ਜੂਗਾ। ਆਈਡੀ ਬੇਸ਼ੱਕ ਤੁਸੀਂ ਮੈਸੇਜ ਕਰੋ, ਜੋ ਕੁਝ ਪੁੱਛਣਾ ਵਾ ਉਹ ਤੁਸੀਂ ਪੁੱਛ ਸਕਦੇ ਜੇ। ਉੱਦਾਂ ਹੀ ਮੈਂ ਵੈਸੇ ਲਾਈਵ ਹੁੰਦਾ ਰਹਿੰਦਾ ਵਾ, ਜਾਂ ਮੈਂ ਆਸਕ ਮੀ ਕੁਐਸਚਨ ਸਟੋਰੀ 'ਚ ਪਾ ਦਿੰਦਾ ਹੁੰਦਾ ਵਾਂ, ਅਤੇ ਜੋ ਕੁਐਸਚਨ ਉਹਨਾਂ ਦੇ ਹੁੰਦੇ ਆ ਉਹਦਾ ਮੈਂ ਰਿਪਲਾਈ ਜ਼ਰੂਰ ਕਰਦਾ ਵਾਂ, ਕੋਈ ਮਤਲਬ ਰਹਿਣ ਨਹੀਂ ਦਿੰਦਾ। ਅਤੇ ਮਤਲਬ ਤੁਹਾਡੀ ਜਿੱਦਾਂ ਗਰੁੱਪਾਂ ਦੇ ਵਿੱਚ ਬਹੁਤ ਜ਼ਿਆਦਾਤਰ ਤੁਸੀਂ ਰਾਈਫਲ ਦੀਆਂ ਪੋਸਟਾਂ ਵੇਖਦੇ ਰਹਿੰਦੇ ਹਾਂ, ਅਤੇ ਬਾਕੀ ਹੁਣ ਅਸੀਂ ਪ੍ਰੀਤ ਜੀ ਨੂੰ ਪੁੱਛਦੇ ਹਾਂ ਵੀ ਸਾਡੇ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਵੀਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਇੰਨੇ ਚਲੋ ਲਾਈਕ ਸਮਝਿਆ ਤੁਸੀਂ ਰਾਈਫਲ ਕਰਕੇ ਇੱਥੇ ਆਏ, ਰਾਈਫਲ ਦੀ ਇੰਟਰਵਿਊ ਲਈ। ਬਾਕੀ ਅੱਜ ਜੋ ਵੀ ਚਲੋ ਇੰਟਰਵਿਊ ਚੱਲਣ ਡੀ ਆ, ਇੱਕ ਰਾਈਫਲ ਕਰਕੇ ਚੱਲਣ ਡੀ ਆ। ਮੈਨੂੰ ਕੋਈ ਵੀ ਤੁਹਾਨੂੰ ਇੱਕ ਗੱਲ ਦੱਸਦਾ ਵਾ ਕਿ ਕਿਸੇ ਨੂੰ ਮੈਂ ਜਿੱਦਾਂ ਫੋਨ ਲਾਵਾਂ, ਅਤੇ ਜਿੱਦਾਂ ਆਪ ਦੱਸਣਾ ਕਿ ਮੈਂ ਪ੍ਰੀਤ ਡਿਆਂ ਬੋਲਣ, ਅਤੇ ਕੋਈ ਪਛਾਣਦਾ ਨਹੀਂ ਕਿ ਨਹੀਂ, ਅਤੇ ਜਦੋਂ ਕਹਾਂ ਨਾ ਕਿ ਮੈਂ ਰਾਈਫਲ ਵਾਲਾ ਡਿਆਂ ਬੋਲਣ, ਤਾਂ ਉਦੋਂ ਆਉਂਦੇ ਕਿ ਹਾਂ ਹਾਂ ਵੀਰ ਕਿੱਦਾਂ ਠੀਕ ਆ। ਮਤਲਬ ਕਿ ਜੋ ਵੀ ਚਲੋ ਮੈਨੂੰ ਵੀ ਥੋੜ੍ਹੇ ਬਹੁਤ ਜੋ ਵੀ ਜਾਣਦੇ ਵੀਰ ਭਰਾ ਹੈ ਨਾ, ਸਾਰੇ ਮਤਲਬ ਕਿ ਰਾਈਫਲ ਕਰਕੇ ਹੀ ਜਾਣਦੇ ਆ, ਉੱਦਾਂ ਨਹੀਂ ਕੋਈ ਵੀ ਚਲੋ ਜਾਣਦਾ। ਬਾਕੀ ਰਾਈਫਲ ਕਰਕੇ ਜੋ ਹੋਇਆ ਹੁਣ ਇਸ ਟਾਈਮ ਆਪਣੇ ਸਟੈਂਡ 'ਤੇ, ਮਤਲਬ ਕਿ ਰਾਈਫਲ ਨੇ ਆਪਣਾ ਸਟੈਂਡ ਲਿਆ ਵਾ,